ਜੇਕਰ ਛੋਟੇ ਪੱਧਰ ਦੇ ਉੱਤੇ ਅਜਿਹੇ ਉਪਰਾਲੇ ਕੀਤੇ ਜਾ ਰਹੇ ਨੇ ਤੇ ਉਹਨਾਂ ਦਾ ਨਤੀਜਾ ਵੀ ਸਾਰਥਕ ਸਾਹਮਣੇ ਆ ਰਿਹਾ ਤਾਂ ਫਿਰ SGPC ਅਜਿਹੇ ਵਧੀਆ ਉਪਰਾਲੇ ਵੱਡੇ ਪੱਧਰ ਤੇ ਕਿਉਂ ਨਹੀਂ ਕਰਦੀ। ਫਰੀਦਕੋਟ ਦੇ ਵਿੱਚ ਇੱਕ ਸੰਸਥਾ ਵੱਲੋਂ ਬੱਚਿਆਂ ਨੂੰ ਲਗਾਤਾਰ 15 ਦਿਨ ਧਾਰਮਿਕ ਕਲਾਸਾਂ ਲਗਵਾਈਆਂ, ਉਸ ਤੋਂ ਬਾਅਦ ਉਹਨਾਂ ਦੇ ਲਿਖਤੀ ਟੈਸਟ ਤੱਕ ਲਿੱਤੇ ਗਏ ਨੇ। ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦੇਣ ਅਤੇ ਸਿੱਖੀ ਨਾਲ ਜੋੜਨ ਦਾ ਇਹ ਵਿਲੱਖਣ ਉਪਰਾਲਾ ਕੀਤਾ ਗਿਆ, ਜਿਸ ਤੋਂ ਬਾਅਦ ਬੱਚਿਆਂ ਨੂੰ ਸਨਮਾਨ ਵੀ ਕੀਤਾ ਗਿਆ। ਬੱਚੇ ਅਤੇ ਉਹਨਾਂ ਦੇ ਮਾਪਿਆਂ ਨੇ ਵੀ ਖੁਸ਼ੀ ਜਤਾਈ ਹੈ ਕਿ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਤੇ ਸਾਨੂੰ ਅੱਜ ਜ਼ਰੂਰਤ ਵੀ ਇਹੀ ਹੈ ਕਿ ਬੱਚਿਆਂ ਨੂੰ ਸਿੱਖੀ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਜਾਵੇ। ਜਿਸ ਤਰੀਕੇ ਨਾਲ ਧਰਮ ਪਰਿਵਰਤਨ ਦੀ ਇੱਕ ਲਹਿਰ ਚੱਲ ਰਹੀ ਹੈ, ਸਿੱਖਾਂ ਨੂੰ ਜਿਸ ਤਰੀਕੇ ਨਾਲ ਜੋ ਮੱਧ ਵਰਗ ਦੇ ਨੇ ਜਾਂ ਗਰੀਬ ਵਰਗ ਦੇ ਨੇ ਜਾਂ ਗਰੀਬੀ ਰੇਖਾ ਤੋਂ ਹੇਠਾਂ ਨੇ, ਉਹਨਾਂ ਨੂੰ ਸਿੱਖੀ ਤੋਂ ਤੋੜ ਕੇ ਹੋਰ ਧਰਮਾਂ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ, ਪਰ ਉਹਨਾਂ ਨਾਲ ਉੱਥੇ ਸਲੂਕ ਬਗਾਨਿਆਂ ਵਰਗਾ ਹੀ ਹੋ ਰਿਹਾ ਹੈ। ਤੇ ਇਸੇ ਦੇ ਚੱਲਦਿਆਂ ਹੋਇਆ ਜਦੋਂ ਅਜਿਹੇ ਛੋਟੇ ਛੋਟੇ ਉਪਰਾਲੇ ਹੋਣਗੇ ਤਾਂ ਇਸ ਦੇ ਨਤੀਜੇ ਵੀ ਸਾਹਮਣੇ ਸਾਰਥਕ ਹੋਣਗੇ। ਫਰੀਦਕੋਟ ਦੇ ਪਿੰਡ ਪੱਕਾ 'ਚ ਸਿੱਖ ਆਗੂ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ 3 ਤੋਂ 10 ਅਤੇ 15 ਸਾਲ ਦੇ ਬੱਚਿਆਂ ਤੱਕ ਨੂੰ ਇਹ ਸਿੱਖੀ ਦਾ ਗਿਆਨ ਦਿੱਤਾ ਗਿਆ ਅਤੇ ਬਾਅਦ ਵਿੱਚ ਉਹਨਾਂ ਤੋਂ ਪ੍ਰੀਖਿਆ ਵੀ ਲਈ ਗਈ ਹੈ। ਪ੍ਰੋਗਰਾਮ ਹੈ ਜੀ 0 ਤੋਂ ਲੈ ਕੇ 10 ਸਾਲ ਦੀ ਉਮਰ ਦੇ ਬੱਚੇ ਔਰ 10 ਤੋਂ 15 ਸਾਲ ਦੀ ਉਮਰ ਦੇ ਬੱਚੇ ਸਾਡੇ ਕੋਲ ਇੱਥੇ ਲਗਭਗ 15 ਕੁ ਦਿਨਾਂ ਤੋਂ ਅਸੀਂ ਕਲਾਸਾਂ ਬੱਚਿਆਂ ਦੀਆਂ ਜਿਹੜੀਆਂ ਲਾ ਰਹੇ ਹਾਂ। 15-16 ਦਿਨ ਹੋ ਗਏ ਜੀ। 15-16 ਦਿਨਾਂ ਦੀਆਂ ਕਲਾਸਾਂ ਤੋਂ ਬਾਅਦ ਅਸੀਂ ਜਿਹੜਾ ਬੱਚਿਆਂ ਦੇ ਇਤਿਹਾਸ ਵਿੱਚੋਂ ਕੁਝ ਸਵਾਲ ਪਾਏ ਸੀ ਰਿਟਨ ਦੇ ਵਿੱਚ, ਲਿਖਤੀ ਤੌਰ 'ਤੇ ਬੱਚਿਆਂ ਨੇ ਪੇਪਰ ਦਿੱਤਾ ਹੈ, ਜਿਹਦੇ ਵਿੱਚ 10 ਗੁਰੂਆਂ ਦੇ ਨਾਮ ਵੀ ਆ ਗਏ, ਮੂਲ ਮੰਤਰ ਕੀ ਹੈ, ਮੂਲ ਮੰਤਰ ਪੂਰਾ ਲਿਖੋ ਵੀ ਆ ਗਿਆ, ਔਰ 4 ਸਾਹਿਬਜ਼ਾਦਿਆਂ ਦੇ ਨਾਮ, 5 ਪਿਆਰਿਆਂ ਦੇ ਨਾਮ, 5 ਕਕਾਰਾਂ ਦੇ ਨਾਮ, ਔਰ ਹੋਰ ਵੀ ਇਤਿਹਾਸ ਵਿੱਚੋਂ ਜਿਹੜੇ 4 ਗੁਰੂ ਸਾਹਿਬਾਨਾਂ ਦੇ ਤੱਕ ਅਸੀਂ ਬੱਚਿਆਂ ਨੂੰ ਸਵਾਲ ਪਾਏ ਹੈ, ਜਿਨ੍ਹਾਂ ਦੇ ਵਿੱਚ ਅੱਜ ਬੱਚੇ ਜਿਹੜੇ 1, 2, 3 ਸਥਾਨ 'ਤੇ ਆਏ ਹੈ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ 'ਤੇ ਜਿਹੜਾ ਸਨਮਾਨਿਤ ਕੀਤਾ ਅਤੇ ਆਪ ਇੱਥੇ ਆਏ ਹੋ, ਆਪ ਜੀ ਦੇ ਰੂਬਰੂ ਜਿਹੜਾ ਪ੍ਰੋਗਰਾਮ ਹੋਇਆ ਜੀ। ਇੱਕ ਤਾਂ ਪ੍ਰੇਮ ਭੇਟ ਹੈ ਜਿਹੜੀ, ਕਿਉਂਕਿ ਪਹਿਲਾਂ ਸੋਚਿਆ ਸੀ ਬੱਚਿਆਂ ਨੂੰ ਸਕੂਲ ਬੈਗ ਦੇ ਦੇਈਏ, ਕਿਉਂਕਿ ਹੁਣ ਕਲਾਸਾਂ ਲੱਗਦੀਆਂ ਸਾਰਿਆਂ ਬੱਚਿਆਂ ਕੋਲ ਹੈਗੇ ਆ, ਸੋ ਅਸੀਂ ਕੁਝ ਕੁ ਮਾਇਆ ਅਤੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਸਨਮਾਨ ਚਿੰਨ ਦੇ ਰਹੇ ਹਾਂ ਅਤੇ ਨਾਲ ਬੱਚਿਆਂ ਨੂੰ ਮੈਡਲ ਸਾਰੇ ਬੱਚਿਆਂ ਨੂੰ ਪਾਏ ਜੀ। ਇਹ ਟੋਟਲ ਜਿਹੜੇ ਹੈਗੇ ਆ 28 ਬੱਚੇ ਆ ਜੀ, 28 ਬੱਚੇ ਆ। ਕੁਛ ਕੁ ਬੱਚੇ ਵੈਸੇ ਵੱਧ ਹੀ ਆ, ਕੁਛ ਆ ਜਾਂਦੇ ਆ, ਕੁਛ ਛੋਟੇ ਬੱਚੇ ਆ, ਕੁਛ ਰਹਿ ਪੈਂਦੇ। ਇੱਦਾਂ ਸਾਨੂੰ ਮਤਲਬ ਸਾਡਾ ਸਿੱਖ ਧਰਮ ਸੇਧ ਦਿੰਦਾ ਵੀ ਮਾਨਸ ਕੀ ਜਾਤ ਸਭੈ ਇੱਕ ਪਹਿਚਾਣ ਵੋ, ਅਸੀਂ ਤਾਂ ਸਾਰਿਆਂ ਬੱਚਿਆਂ ਨੂੰ ਸਤਿਕਾਰ ਦਿੰਦੇ ਹਾਂ। ਸਾਰੇ ਬੱਚੇ ਆ, ਕੋਈ ਜਾਤ ਪਾਤ ਦਾ ਵਿਤਕਰਾ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਅਤੇ ਸਾਰੇ ਬੱਚੇ ਸਾਰਿਆਂ ਨੂੰ ਪਿਆਰ ਨਾਲ ਅਸੀਂ ਇੱਥੇ ਪੜ੍ਹਾਇਆ, ਸਾਰਿਆਂ ਨੂੰ ਸਤਿਕਾਰ ਦਿੱਤਾ ਜੀ, ਅਤੇ ਆਉਣ ਵਾਲੇ ਸਮੇਂ 'ਚ ਵੱਡੇ ਉਪਰਾਲੇ ਕਰਾਂਗੇ। ਨਹੀਂ ਇਹ ਉਪਰਾਲਾ ਜਿਹੜਾ ਜੀ ਆ ਸ਼ੈੱਡ ਪਾਇਆ ਸੀ ਬਾਹਰ, ਇਹ ਬੱਚਿਆਂ ਲਈ ਪਾਇਆ ਸੀ ਵੀ ਇੱਥੇ ਬੱਚੇ ਆਇਆ ਕਰਨਗੇ, ਸੋ ਸਾਨੂੰ ਜਿਵੇਂ ਅਸੀਂ ਬੇਟੀਆਂ ਦੇ ਵਿਆਹ ਕਰਦੇ ਹਾਂ ਅਤੇ ਨਾਲ ਨਾਲ ਵਿਚਾਰ ਆਇਆ ਵੀ ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਸਿੱਖੀ ਦੀ ਪਨੀਰੀ ਜਿਹੜੀ ਵਧੇ ਸਾਡੀ, ਇਹਨਾਂ ਨੂੰ ਸਿੱਖੀ ਨੂੰ ਪ੍ਰੇਰਿਤ ਕਰਨ ਦੀ ਲੋੜ ਹੈ। ਸੋ ਇਤਿਹਾਸ 'ਚੋਂ ਅਤੇ ਗੁਰੂ ਸਾਹਿਬ ਜੀ ਦੇ ਵਿੱਚੋਂ, ਗੁਰੂ ਸਾਹਿਬ ਜੀ ਦੇ ਕਿੰਨੇ ਅੰਗ ਨੇ, ਕਿੰਨੇ ਭਗਤਾਂ ਸੰਤਾਂ ਦੀ ਬਾਣੀ, ਸਾਰਾ ਬੱਚਿਆਂ ਨੂੰ ਸਵਾਲ ਪਾ ਕੇ ਉਤਸ਼ਾਹਿਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ਵੀ ਕਿਹਾ ਕਿ ਉਹਨਾਂ ਨੂੰ ਅੱਜ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ, ਜਿਸ ਬਾਰੇ ਲੋਕ ਜਾਣਦੇ ਤਾਂ ਜ਼ਰੂਰ ਨੇ ਪਰ ਪੂਰੀ ਜਾਣਕਾਰੀ ਨਹੀਂ ਹੈ, ਉਹ ਵੀ ਮਿਲੀ ਹੈ।
ਮੇਰਾ ਨਾਮ ਰਣਜੋਤ ਸਿੰਘ ਹੈ ਜੀ। ਸਾਨੂੰ ਬਾਬਾ ਜੀ ਨੇ ਬਹੁਤ ਕੁਛ ਸਿਖਾਇਆ ਗੁਰੂਆਂ ਬਾਰੇ, ਸਾਨੂੰ 10 ਗੁਰੂਆਂ ਬਾਰੇ ਸਿਖਾਇਆ, 5 ਪਿਆਰਿਆਂ ਬਾਰੇ ਸਿਖਾਇਆ ਅਤੇ ਮੂਲ ਮੰਤਰ ਸਿਖਾਇਆ। ਅਤੇ ਇਹਨਾਂ ਸਾਰਾ ਚੀਜ਼ਾਂ ਨੂੰ ਸਿਖਾ ਕੇ ਸਾਡਾ ਟੈਸਟ ਲੱਗ ਗਿਆ ਅਤੇ ਬੱਚਿਆਂ ਨੂੰ ਇਨਾਮ ਦਿੱਤੇ ਗਏ ਨੇ। ਮੇਰੇ ਮਾਪਿਆਂ ਨੇ ਵੀ ਇਹ ਕਿਹਾ ਜੀ ਇਹ ਕੁਛ ਸਿੱਖਣਾ ਹੀ ਚਾਹੀਦਾ ਹੈ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ, ਬਾਬਾ ਜੀ ਦੇ ਕੋਲ ਜਾ ਕੇ ਸਿੱਖੋ। ਜਿਹੜਾ ਕੁਛ ਤੁਹਾਨੂੰ ਇੱਥੇ ਆ ਕੇ ਬਾਬਾ ਜੀ ਨੇ ਸਿਖਾਇਆ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਸੀਗਾ? ਨਹੀਂ ਜੀ। ਕੋਈ ਜਾਣ ਬਾਬਾ ਜੀ ਕੋਲ ਲੈ ਕੇ ਸਿੱਖਿਆ ਜੀ। ਲੈ ਕਿਹੜੇ ਨੰਬਰ 'ਤੇ ਆਏ ਤੁਸੀਂ? ਮੈਂ 2 ਨੰਬਰ 'ਤੇ ਆਇਆ ਜੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੋਚਦੇ ਫਿਰ? ਮੈਂ ਚਾਹੁੰਦਾ ਜੀ ਮੈਂ ਵੀ ਇੱਕ ਸਿੱਖ ਬਣਾ ਵੱਡਾ ਗੁਰੂ ਬਾਬਾ ਜੀ ਵਾਂਗੂ। ਕਿੰਨੇ ਕੁ ਬੱਚੇ ਆ ਜਿਹੜੇ ਇਤਿਹਾਸ ਨਾਲ ਜੁੜੇ? ਇੱਥੇ ਜੀ ਘੱਟੋ ਘੱਟ 28 ਬੱਚੇ ਹੈਗੇ। ਮੇਰੇ ਬੱਚੇ ਕਲਾਸਾਂ ਲੈਂਦੇ ਆ ਗੁਰਮਤਿ ਕਲਾਸਾਂ ਜੀ, 15 ਦਿਨਾਂ ਤੋਂ ਚੱਲ ਰਹੀਆਂ ਨੇ ਔਰ ਅੱਜ ਬੱਚਿਆਂ ਦੇ ਮਤਲਬ ਕਿ ਆਪਣੇ ਬੱਚਿਆਂ ਦੀਆਂ ਸਾਰਿਆਂ ਦਾ ਰਿਜ਼ਲਟ ਆਇਆ ਹੈ ਜੀ, ਵੀ ਬੱਚੇ ਕਿਹੜੇ ਕਿ ਆਪਣੇ ਜ਼ਿਆਦਾ ਸਮਝਦਾਰ ਹੋ ਗਏ, ਜ਼ਿਆਦਾ ਜਾਣਕਾਰੀ ਗੁਰੂਆਂ ਬਾਰੇ ਮਿਲ ਗਈ ਆ, ਪਹਿਲੇ 2 ਨੰਬਰਾਂ 'ਤੇ ਸਨਮਾਨਿਤ ਕੀਤੇ ਗਏ ਆ, ਬਾਬਾ ਜੀ ਨੇ ਕਰਿਆ ਹੋਇਆ ਇਹਨਾਂ ਨੂੰ ਸਨਮਾਨਿਤ, ਤੋ ਬਹੁਤ ਵਧੀਆ ਲੱਗਿਆ ਕਿਉਂਕਿ ਬੱਚਿਆਂ ਨੂੰ ਇੰਨਾ ਕੁਛ ਸਿੱਖਣ ਨੂੰ ਮਿਲਿਆ ਕਿ ਜਿਹੜਾ ਅਸੀਂ ਨਹੀਂ ਸਿਖਾ ਸਕਦੇ ਸੀਗੇ। ਹਾਂਜੀ, ਗੁਰੂਆਂ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ, 5 ਪਿਆਰਿਆਂ ਬਾਰੇ, ਉਹਨਾਂ ਦੇ ਮਾਤਾ ਪਿਤਾ ਬਾਰੇ, ਉਹਨਾਂ ਦਾ ਜਨਮ ਕਿੱਥੇ ਹੋਇਆ, ਇਹ ਸਾਰਾ ਕੁਛ ਸਿਖਾਇਆ ਗਿਆ ਹੈ। ਕਿਉਂਕਿ ਕਿਹੜਾ ਮਾਂ ਪਿਓ ਨਹੀਂ ਚਾਹੂਗਾ ਕਿ ਬੱਚੇ ਗੁਰਸਿੱਖੀ ਨਾਲ ਜੁੜਨ, ਕਿਉਂਕਿ ਦੇਖੋ ਅੱਜ ਕੱਲ੍ਹ ਦੌਰ ਨਸ਼ਿਆਂ ਦਾ ਚੱਲ ਰਿਹਾ ਹੈ, ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਹਾਂ ਸਾਡੇ ਬੱਚੇ ਹਮੇਸ਼ਾ ਲਈ ਅਸੀਂ ਜੁੜੇ ਰਹਿਣ। ਹਾਂਜੀ, ਮੇਰਾ ਵੱਡਾ ਬੇਟਾ ਹੈ, ਬਾਬਾ ਜੀ ਨਾਲ 2 ਹੋ ਗਏ ਜੁੜਿਆ ਹੋਇਆ ਹੈ, ਬਹੁਤ ਵਧੀਆ ਸਾਰਾ ਕੁਛ ਹੀ ਸਿੱਖ ਰਿਹਾ ਹੈ, ਗੁਰਬਾਣੀ ਵੀ ਸਿੱਖ ਰਿਹਾ ਹੈ ਔਰ ਕੀਰਤਨ ਵਗੈਰਾ ਵੀ ਸਿੱਖ ਰਿਹਾ ਹੈ, ਪਾਠ ਤੋਂ ਪੂਰਾ ਸਿੱਖ ਚੁੱਕਿਆ। ਹਾਂਜੀ, ਔਰ ਬਾਬਾ ਜੀ ਬਹੁਤ ਵਧੀਆ ਹੈ, ਬਹੁਤ ਨੇਕ ਕੰਮ ਕਰਦੇ ਆ, ਕੁੜੀਆਂ ਦੇ ਵਿਆਹ ਵੀ ਕਰਦੇ ਆ ਜੀ, ਤੋ ਹੁਣ ਇਹ ਬੱਚਿਆਂ ਦੀਆਂ ਕਲਾਸਾਂ ਵੀ ਲੈ ਰਹੇ ਆ, ਤਾਂ ਭੁੱਖਿਆਂ ਨੂੰ ਰੋਟੀ ਦੇਣ ਵਾਲੀ ਗੱਲ ਹੈ, ਬਹੁਤ ਵਧੀਆ ਨੇਕ ਕੰਮ ਕਰਦੇ ਆ। ਅਜਿਹੇ ਪ੍ਰੋਗਰਾਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਨੇ, ਅਜਿਹੀਆਂ ਕੋਸ਼ਿਸ਼ਾਂ ਲਗਾਤਾਰ ਹੁੰਦੀਆਂ ਰਹਿਣ ਤਾਂ ਬੱਚੇ ਵੀ ਸਿੱਖੀ ਬਾਰੇ ਚੰਗੀ ਤਰ੍ਹਾਂ ਜਾਣ ਸਕਣਗੇ। ਜੇਕਰ ਅੱਜ ਸਿੱਖ ਇਤਿਹਾਸ ਦੀ ਸਹੀ ਜਾਣਕਾਰੀ ਬੱਚਿਆਂ ਨੂੰ ਮਿਲੇਗੀ ਤਾਂ ਅੱਗੇ ਜਾ ਕੇ ਪੀੜ੍ਹੀ ਵੀ ਇਸ ਨੂੰ ਸੰਭਾਲੇਗੀ, ਨਹੀਂ ਤਾਂ ਧਰਮ ਪਰਿਵਰਤਨ ਦੀ ਲਹਿਰ ਜੇ ਇਸ ਤਰੀਕੇ ਨਾਲ ਚੱਲ ਰਹੀ ਹੈ, ਸਿੱਖੀ ਲਈ ਇੱਕ ਵੱਡਾ ਖਤਰਾ ਸਾਬਤ ਹੋ ਸਕਦੀ ਹੈ। ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਣਾ ਦੀ ਰਿਪੋਰਟ, ਔਨ ਏਅਰ।